ਸਤਿਕਾਰ ਯੋਗ ਦੋਸਤੋ, ਮੈਂ ਇੱਥੇ ਜਰਮਨੀ ਵਿੱਚ ਪਿਛਲੇ 40 ਸਾਲ ਤੋਂ ਰਹਿ ਰਿਹਾ ਹਾਂ। ਇਸ ਤੋਂ ਪਹਿਲਾਂ ਸਬਕ 2 ਸਾਲ ਈਰਾਨ ਵੀ ਰਿਹਾ ਹਾਂ। ਈਰਾਨ ਦਾ ਜੋ ਰੈਵੋਲੂਸ਼ਨ, ਧਾਰਮਿਕ ਰੈਵੋਲੂਸ਼ਨ ਸੀ, ਉਹ ਮੈਂ ਆਪ ਸਾਰਾ ਅੱਖੀਂ ਦੇਖਿਆ ਉੱਥੇ। ਇੱਥੇ ਜਰਮਨ ਆ ਕੇ ਮੈਂ 5 ਸਾਲ ਬੇਕਰੀ 'ਚ ਕੰਮ ਕੀਤਾ ਹੈ। ਬੇਕਰੀ ਤੋਂ ਆ ਕੇ ਮੈਂ ਰੈਸਲਿੰਗ ਕਰਨ ਜਾਂਦਾ ਸੀ, ਕਾਇਸਪਾਓ ਬਿਟਨ, ਕਰਾਫਟ ਸਪੋਰਟ ਫੇਰਾਈਨ ਬਿਟਨ, ਜੋ ਕੁਸ਼ਤੀ ਦਾ ਕਲੱਬ ਹੈ, ਉਸ ਵੇਲੇ 84-85 ਵਿੱਚ ਬਹੁਤ ਹੀ ਵਧੀਆ ਸੀ। ਦੂਜੀ ਵਾਰੇ ਸਾਰੇ ਜਰਮਨ 'ਚੋਂ ਫਸਟ ਵੀ ਆਇਆ ਸੀ। ਇਸ ਦੇ ਵਧੀਆ ਰੈਸਲਰ ਸਨ ਅਤੇ ਹਲੇ ਵੀ ਮਸ਼ਹੂਰ ਹੈ। ਉਸ ਤੋਂ ਬਾਅਦ ਬੇਕਰੀ ਬੰਦ ਹੋ ਗਈ, ਬੰਦ ਹੋਣ ਕਰਕੇ ਕੰਮ ਜਾਂਦਾ ਲੱਗਾ, ਅਤੇ ਫਿਰ ਮੈਨੂੰ ਰੈਸਟੋਰੈਂਟ ਵਿੱਚ ਕੰਮ ਕਰਨਾ ਪਿਆ। ਉੱਥੇ ਵੀ ਮੈਂ ਕੁੱਕ ਦਾ ਕੰਮ ਛੇਤੀ ਹੀ ਸਿੱਖ ਲਿਆ। ਫਿਰ ਕੁਝ ਸਮਾਂ ਆਇਆ, ਮੈਂ ਫੈਕਟਰੀ ਦੇ ਵਿੱਚ ਫਿਰ ਲੱਗ ਗਿਆ ਤੇ ਨਾਲ ਨਾਲ ਫੁੱਟਬਾਲ ਖੇਡਣ ਲੱਗ ਪਿਆ ਓਲਡੀਆਂ ਦੇ ਨਾਲ। ਉਸਦਾ ਵੀ ਕਾਰਨ ਸੀ ਕਿਉਂ ਕਿ ਸ਼ੁਰੂ ਕੀਤਾ, ਪਰ ਮੈਂ ਬਹੁਤ ਵਧੀਆ ਰਿਹਾ। ਇਹ ਜੋ ਮਨ ਦੀਆਂ ਤਮੰਨਾਵਾਂ ਸੀ ਭਾਰਤ ਵਿੱਚ, ਗਰੀਬੀ ਕਾਰਨ ਉੱਥੇ ਪੂਰੀਆਂ ਨਹੀਂ ਕਰ ਸਕਿਆ। ਉੱਥੇ ਤਾਂ ਇੱਕ ਕਿਸਮ ਦੇ ਰੋਟੀ ਦੇ ਲਾਲੇ ਪਏ ਰਹਿੰਦੇ ਹਨ ਤੇ ਬਹੁਤ ਕੰਮ ਦੀ ਪ੍ਰੋਬਲਮ ਪੈਂਦੀ ਹੈ, ਤੇ ਇਸ ਕਰਕੇ ਬਾਹਰ ਜੋ ਵੀ ਕੰਮ ਕਰਦਾ ਹੈ ਉਹ ਆਪਣੀ ਮਨ ਦੀ ਇੱਛਾ ਪੂਰੀ ਕਰ ਸਕਦਾ ਹੈ। ਫੁੱਟਬਾਲ ਦੇ ਵਿੱਚ ਕਈ ਵਾਰ ਜੱਗ ਮਾਰ ਜਾਂਦੇ ਸੀ, ਇੱਕਦਮ ਮੁੜਨਾ ਸੀ। ਹੌਲੀ ਹੌਲੀ ਫਿਰ ਮੈਂ ਫੁੱਟਬਾਲ ਨੂੰ ਛੱਡ ਦਿੱਤਾ ਤੇ ਹੁਣ 14-15 ਸਾਲ ਤੋਂ ਮੈਂ ਮੈਰਾਥੋਨ ਦੀਆਂ ਲੰਬੀਆਂ ਦੌੜਾਂ ਲਾਉਂਦਾ ਹਾਂ। ਇਸ ਵਿੱਚ 5 ਸਾਲ ਤੋਂ ਲੈ ਕੇ ਸੋਰੀ 5 ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ, 15 ਕਿਲੋਮੀਟਰ, 21 ਕਿਲੋਮੀਟਰ, 25 ਕਿਲੋਮੀਟਰ, ਬਾਅਦ 'ਚ ਵੱਡੀ ਦੌੜ 42 ਕਿਲੋਮੀਟਰ। 42 ਕਿਲੋਮੀਟਰ ਮੈਂ 10 ਵਾਰੀ ਦੌੜ ਚੁੱਕਿਆ ਹਾਂ। ਬਰਲੀਨ, ਹਾਮਬੁਰਗ, ਮਿਊਸਟਰ, ਡਸਲਡੋਰ, ਕੋਲੋਨ, ਅਤੇ ਮੇਰਾ ਵਧੀਆ ਟਾਈਮ ਜੋ ਹੈ 3 ਘੰਟੇ 23 ਮਿੰਟ ਹਾਮਬੁਰਗ ਦਾ ਹੈ। ਅਤੇ ਹਾਫ ਮੈਰਾਥੋਨ ਤਕਰੀਬਨ 35 ਦੌੜ ਚੁੱਕਿਆ ਹਾਂ। ਇਸ ਦੇ ਵਿੱਚ ਮੇਰਾ ਵਧੀਆ ਟਾਈਮ ਹੋਲੈਂਡ ਦੇ ਸ਼ਹਿਰ ਫੈਨਲੋ ਦਾ 1 ਘੰਟਾ 33 ਮਿੰਟ 57 ਸੈਕਿੰਡ ਹੈ ਅਤੇ ਜਰਮਨ ਦਾ ਇਸਨ ਦਾ ਬਾਲਡਨ ਜੀ ਦਾ 1 ਘੰਟਾ 35 ਮਿੰਟ, ਇਹ ਵਧੀਆ ਰਿਕਾਰਡ ਹੈ। 10 ਕਿਲੋਮੀਟਰ ਦੇ ਵੀ ਇਸ ਤਰ੍ਹਾਂ 45 ਮਿੰਟ 'ਚ ਸਾਢੇ 43 ਮਿੰਟ ਹੈ ਅਤੇ 5 ਕਿਲੋਮੀਟਰ ਦੇ ਵੀ ਇਸ ਤਰ੍ਹਾਂ ਵਧੀਆ ਰਿਕਾਰਡ ਹਨ। ਵਿੱਚ ਕਰੋਨਾ ਆ ਗਿਆ ਹੈ, ਕਰੋਨਾ ਆਉਣ ਦੇ ਨਾਲ ਦੌੜਾਂ ਦਾ ਸੈਟਮ ਰੁਕ ਗਿਆ, ਜਿਸ ਵਿੱਚ ਮੈਂ ਆਪਣੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ, ਜੋ ਕਿ ਮੈਂ ਪਹਿਲਾਂ ਤੋਂ ਹੀ 1981 ਤੋਂ ਲਿਖਦਾ ਆ ਰਿਹਾ ਸੀ। ਕਦੇ ਕਦਾਈ ਜਦੋਂ ਕਿਤੇ ਮਨ ਨੂੰ ਠੇਸ ਪਹੁੰਚਦੀ ਸੀ, ਕੋਈ ਗੱਲ ਘਟਨਾ ਵਾਪਰ ਜਾਂਦੀ ਸੀ, ਜਿਸ ਤਰ੍ਹਾਂ ਦਿੱਲੀ ਬੇ ਹਥਿਆਰਾਂ ਤੇ ਅਟੈਕ ਕੀਤੇ, ਹਮਲੇ ਕੀਤੇ, ਉਦੋਂ ਵੀ ਕਈ ਗੀਤ ਲਿਖੇ, ਕਿਸਾਨਾਂ ਬਾਰੇ ਵੀ ਲਿਖੇ। ਹੁਣ ਜਦੋਂ ਮੋਰਚਾ ਚੱਲਿਆ ਤਾਂ ਉਦੋਂ ਮੇਰੇ 4-5 ਗੀਤ ਰਿਕਾਰਡ ਕੀਤੇ ਸਰਦਾਰ ਮੱਖਣ ਸਿੰਘ ਮੌਜੀ ਮੰਗੂਵਾਲੀਏ ਜੀ ਨੇ, ਉਸਨੇ ਸ਼ੁਰੂਆਤ ਕੀਤੀ ਮੇਰੇ ਗੀਤਾਂ ਨੂੰ ਰਿਕਾਰਡਿੰਗ ਕਰਨ ਦੀ। ਅਤੇ ਸੁਖਬੀਰ ਮੰਗੂਵਾਲ ਨੇ ਵੀ ਗੀਤ ਗਾਇਆ, ਇੱਕ ਵੀਡੀਓ ਉਪਲਬਧ ਹਨ। ਅਤੇ
ਹੋਰ ਇੱਕ ਲੁਧਿਆਣੇ ਦੇ ਵਿੱਚ ਬੱਚੀ ਕਤਲ ਕਰ ਦਿੱਤੀ ਸੀ 2.5 ਸਾਲ ਦੀ ਗੁਆਂਢਣ ਵੱਲੋਂ, ਜੋ ਕਹਿੰਦੀ ਸੀ ਮੈਂ ਇਸ ਦੀ ਭੂਆ ਹਾਂ, ਅਤੇ ਉਹ ਵੀ ਭੂਆ ਕਹਿੰਦੇ ਸੀ, ਉਸ ਨੂੰ ਲਿਜਾ ਕੇ ਉਸਨੇ ਕਤਲ ਕਰ ਦਿੱਤਾ। ਔਰ ਬੜੀ ਹੀ ਬੇਦਰਦੀ ਨਾਲ ਪੱਤਰਕਾਰਾਂ ਨੂੰ ਕਾਰ 'ਚ ਬੈਠੀ, ਪੁਲਿਸ ਦੀ ਕਾਰ 'ਚ ਬੈਠੀ, ਕਹਿ ਰਹੀ ਸੀ ਮੈਨੂੰ ਕੀ ਪੁੱਛਦੇ ਆ, ਇਸਦੇ ਮਾਪਿਆਂ ਨੂੰ ਪੁੱਛੋ। ਉਸ ਵੇਲੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ। ਜੇ ਕਿਤੇ ਉਸ ਵੇਲੇ ਪਹਿਲਾਂ ਉਹ ਦੱਸ ਦਿੰਦੀ ਬਈ ਮੈਂ ਹੀ ਕਤਲ ਕੀਤੀ ਹੈ, ਮੈਂ ਕਿੱਥੇ ਦੱਬੀ ਆ ਜਾਂ ਕੀ ਆ ਕੀਤਾ, ਉਹ ਕੁੜੀ ਬਚ ਸਕਦੀ। ਉਸ ਦੇ ਫਿਰ ਮੇਰੇ ਮਨ 'ਚੋਂ ਇੱਕ ਦਿਲ 'ਚੋਂ ਆਵਾਜ਼ ਨਿਕਲੀ, ਦਿਲ ਰੋਜ਼ ਦੇ ਆਖਰੀ ਬੋਲ। ਉਹ ਗੀਤ ਬਹੁਤ ਹੀ ਪਿਆਰਾ ਲਿਖਿਆ ਗਿਆ ਔਰ ਕੋਮਲ ਨੇ ਬਹੁਤ ਹੀ ਵਧੀਆ ਆਵਾਜ਼ 'ਚ ਗਾਇਆ, ਅਤੇ ਵੀਡੀਓ ਵੀ ਬਹੁਤ ਵਧੀਆ ਬਣੀ ਉਸਦੀ, ਅਤੇ ਉਹ ਬਹੁਤ ਜਣਿਆਂ ਨੇ ਲਾਈਕ ਕੀਤਾ, ਦੇਖਿਆ ਵੀ ਬਹੁਤ ਜਣਿਆਂ ਨੇ। ਇਸ ਤਰ੍ਹਾਂ ਇੱਕ ਗੀਤ ਹੁਣ ਹੋਰ ਆ ਰਿਹਾ ਹੈ, ਤੁਹਾਡੇ ਜਲਦੀ ਹੀ ਸਨਮੁਖ ਕਰਾਂਗਾ, ਤੇ ਉਹ ਵੀ ਪੰਜਾਬੀਆਂ ਨੂੰ ਉਤਸ਼ਾਹ ਦੇਵੇਗਾ। ਥੋੜੇ ਹੀ ਦਿਨਾਂ ਤੱਕ ਉਹ ਗੀਤ ਆ ਜਾਣਾ ਹੈ, ਤੇ ਇਸ ਕਰਕੇ ਮੈਨੂੰ ਇੱਕ ਯੂਟਿਊਬ ਚੈਨਲ ਦੀ ਲੋੜ ਲੱਗੀ, ਤਾਂ ਕਿ ਮੈਂ ਆਪਣੇ ਦਿਲ ਦੇ ਬਲਬਲੇ ਉਸ ਯੂਟਿਊਬ ਚੈਨਲ ਤੇ ਆਪਣਾ ਸਾਂਝੇ ਕਰ ਸਕਾਂ। ਇਸ ਦੇ ਵਿੱਚ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਵੀ ਹੁੰਦੀਆਂ ਹਨ, ਉਹਨਾਂ ਬਾਰੇ ਵੀ ਜ਼ਿਕਰ ਕਰਾਂਗਾ ਜੋ ਆਪਣੇ ਦਿਲ ਵਿੱਚ ਰੱਖੀਆਂ ਨਹੀਂ ਜਾ ਸਕਦੀਆਂ। ਜੇ ਉਹਨਾਂ ਨੂੰ ਦਿਲ ਵਿੱਚ ਰੱਖੇ ਤਾਂ ਕੋਈ ਫਾਇਦਾ ਵੀ ਨਹੀਂ ਹੁੰਦਾ, ਤੇ ਔਰ ਦਿਲ ਤੇ ਬੋਝ ਬਣਿਆ ਰਹਿੰਦਾ ਹੈ। ਔਰ ਜੇ ਉਹਨਾਂ ਨੂੰ ਘਟਨਾਵਾਂ ਨੂੰ ਸਾਂਝੀਆਂ ਕੀਤਾ ਜਾਵੇ ਕਿਸੇ ਨਾਲ, ਉਹਨਾਂ ਨੂੰ ਉਤਸ਼ਾਹ ਵੀ ਮਿਲਦਾ ਹੈ ਤੇ ਉਹਨਾਂ ਦੇ ਹਾਸ ਰਸ ਵੀ ਜ਼ਿੰਦਗੀ 'ਚ ਪੈਦਾ ਹੁੰਦਾ ਹੈ, ਤੇ ਔਰ ਖੁਸ਼ੀ ਵੀ ਮਿਲਦੀ ਹੈ। ਇਸ ਕਰਕੇ ਮੈਂ ਮਿੰਨੀ ਕਹਾਣੀਆਂ ਵੀ ਪਹਿਲਾਂ ਲਿਖਦਾ ਰਿਹਾ, ਮਿੰਨੀ ਕਹਾਣੀਆਂ ਵੀ ਪੜ੍ਹਿਆ ਕਰਾਂਗਾ, ਹੋਰ ਵੀ ਰਾਈਟਰਾਂ ਦੀਆਂ ਜੇ ਮੈਨੂੰ ਸਾਰੇ ਬਹੁਤ ਸੱਜਣ ਸਹਿਯੋਗ ਦੇਣ ਰਾਈਟਰ, ਉਹਨਾਂ ਦੀਆਂ ਮਿੰਨੀ ਕਹਾਣੀਆਂ ਵੀ ਇਸ ਯੂਟਿਊਬ ਚੈਨਲ 'ਤੇ ਪੜ੍ਹਾਂਗਾ। ਔਰ ਖੇਡਾਂ ਬਾਰੇ ਵੀ ਦੱਸਾਂਗਾ, ਆਪਣੇ ਲਿਖੇ ਗੀਤ ਦੀ ਜੇ ਕੋਈ ਵੀਡੀਓ ਬਣੀ ਤਾਂ ਉਹ ਵੀ ਇਸ ਚੈਨਲ ਤੇ, ਜਿਹਦਾ ਨਾਮ ਛੜੱਪਾ ਹੈ, ਤੇ ਇਸ ਤੇ ਮੈਂ ਅਪਲੋਡ ਕਰਾਂਗਾ। ਹੋਰ ਮਿੱਤਰਾਂ ਨੇ ਵੀ ਜੇ ਲਿਖਾਰੀਆਂ ਨੇ ਜਾਂ ਕਿਸੇ ਨੇ ਵੀਡੀਓ ਮੇਰੇ ਤੋਂ ਅਪਲੋਡ ਕਰਾਉਣੀ ਹੋਈ ਤਾਂ ਮੈਂ ਉਹ ਵੀ ਕਰਾਂਗਾ। ਇਸ ਕਰਕੇ ਮੈਂ ਆਪ ਸਭ ਦਾ ਸਹਿਯੋਗ ਚਾਹੁੰਦਾ ਹਾਂ, ਜਿਸ ਨਾਲ ਮੈਨੂੰ ਵੀ ਉਤਸ਼ਾਹ ਮਿਲੇ ਔਰ ਤਾਂ ਕਿ ਇੱਕ ਦੂਜੇ ਨਾਲ ਹੋਰ ਸਾਂਝ ਵਧਾਈ ਜਾ ਸਕੇ, ਪਹਿਲੇ ਗੀਤਾਂ ਨੂੰ ਅਤੇ ਮੇਰੀਆਂ ਖੇਡ ਦੀਆਂ ਦੌੜਾਂ ਨੂੰ। ਪੰਜਾਬੀ ਚੈਨਲ, ਔਨਲਾਈਨ ਮੀਡੀਆ ਪੰਜਾਬ ਅਤੇ ਪੰਜਾਬੀ ਸਾਂਝ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਹੈ, ਫੇਸਬੁੱਕ ਮਿੱਤਰਾਂ ਨੇ ਵੀ ਬਹੁਤ ਸਹਿਯੋਗ ਦਿੱਤਾ, ਬਹੁਤ ਹੌਸਲਾ ਅਫਜਾਈ ਕੀਤੀ। ਜਦੋਂ ਕੋਈ ਹੌਸਲਾ ਦਿੰਦਾ ਹੈ ਤਾਂ ਹਰ ਇੱਕ ਇਨਸਾਨ ਦਾ ਹੌਸਲਾ ਵੱਧਦਾ ਹੀ ਹੈ। ਇਸ ਕਰਕੇ ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਯੂਟਿਊਬ ਚੈਨਲ ਛੜੱਪਾ ਨੂੰ ਸਹਿਯੋਗ ਦਿਓ, ਇਸ ਤੇ ਵੀਡੀਓ ਜੋ ਵੀ ਮੈਂ ਪਾਵਾਂਗਾ ਜ਼ਰੂਰ ਦੇਖਿਓ, ਅਤੇ ਇਸ ਚੈਨਲ ਨੂੰ ਉਹਨਾਂ ਵੀਡੀਓ ਨੂੰ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ, ਤਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਵੀ ਮੈਂ ਸ਼ੁਭ ਸ਼ਾਮਾਂ ਰੱਖਦਾ ਹਾਂ, ਔਰ ਤੁਹਾਡੇ ਜਾਂ ਆਪਣਾ ਖਾਣ ਪੀਣ ਦੀਆਂ ਆਦਤਾਂ ਬਾਰੇ ਵੀ ਮੈਂ ਥੋੜ੍ਹਾ ਜਿਹਾ ਲਿਖਾਂਗਾ, ਬੋਲਾਂਗਾ ਵੀਡੀਓ ਵਿੱਚ, ਕੀ ਖਾਈਏ, ਕਿਸ ਤਰ੍ਹਾਂ ਖਾਈਏ। ਉਹੀ ਚੀਜ਼ ਖਾਂਦੇ ਹਾਂ ਤਾਂ ਉਹ ਜ਼ਹਿਰ ਬਣ ਜਾਂਦੀ ਹੈ ਸਾਡੇ ਅੰਦਰ ਜਾ ਕੇ, ਉਹੀ ਚੀਜ਼ ਜਦੋਂ ਖਾਂਦੇ ਹਾਂ ਹੋਰ ਢੰਗ ਨਾਲ ਤਾਂ ਉਹ ਚੀਜ਼ ਖਾਣ ਵਾਲੀ ਵਸਤ ਸੋਨੇ ਤੇ ਸੁਹਾਗਾ ਹੁੰਦੀ ਹੈ, ਸੋਨਾ ਬਣ ਜਾਂਦੀ ਹੈ ਔਰ ਸਰੀਰ ਨੂੰ ਐਨਰਜੀ ਤਾਕਤ ਦਿੰਦੀ ਹੈ। ਇਸ ਕਰਕੇ ਸਰ ਜਿਸ ਤਰ੍ਹਾਂ ਆਯੁਰਵੇਦਿਕ ਢੰਗ ਹੈ, ਇੱਕ ਮੈਥਡ ਹੈ, ਇਸ ਹਿਸਾਬ ਨਾਲ ਜੇ ਇੱਕ ਚੀਜ਼ ਖਾਣ ਨਾਲ ਦੁੱਖ ਵੱਧਦਾ ਹੈ, ਇੱਕ ਚੀਜ਼ ਖਾਣ ਨਾਲ ਉਹੀ ਦੁੱਖ ਘੱਟ ਜਾਂਦਾ ਹੈ। ਇਸ ਕਰਕੇ ਮੈਂ ਉਹ ਵੀ ਲਿਖਿਆ ਕਰਾਂਗਾ, ਦੱਸਿਆ ਕਰਾਂਗਾ, ਵੀਡੀਓ ਵੀ ਪਾਵਾਂਗਾ। ਇਸ ਕਰਕੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ, ਆਪ ਦਾ ਜੀ ਦਾ ਧੰਨਵਾਦੀ ਹੋਵਾਂਗਾ, ਅਤੇ ਮੈਂ ਚਾਹੁੰਦਾ ਹਾਂ ਆਪ
सहयोग दिओ जरूर दिओ। थोड़ा मित्र सुच्चा सिंह नहर जर्मनी। धन्यवाद जी। ओके।